ਬੁਲੰਦ ਆਵਾਜ਼ ਦੇ ਨਾਲ ਸਲਵਾਤ ਪੜੋ ਸਾਰੇ। ਚਲੋ ਕੋਈ ਗੱਲ ਨਹੀਂ, ਬੱਚੇ ਨੇ ਇਹ ਜਿਹਦੇ ਜਿਹਦੇ ਬੱਚੇ ਨੇ ਉਹਨੂੰ ਕੰਮ ਕੰਮ ਕਾਰ ਸਮਝਾਉਣਾ ਚਾਹੀਦਾ ਕਿ ਕੰਮ ਕੰਮ ਇਸ ਤਰ੍ਹਾਂ ਨਹੀਂ। ਮੇਰਾ ਪੁੱਤਰ ਇਹ ਤਲਕੀਨ ਕਰੀ ਦੀਏ ਕਾਰ ਦੇ ਵਿੱਚ ਬਹਿ ਕੇ, ਅਸੀਂ ਮੈਂਬਰਾਂ ਦੇ ਉੱਤੇ ਦੱਸਦੇ ਹਾਂ ਕਿ ਮਾਂ ਦੀ ਗੋਦੀ ਤੋਂ ਲੈ ਕੇ ਔਰ ਸੱਚੂ ਕਬਰ ਦੀ ਕੰਧ ਤੱਕ ਮਾਂ ਦੱਸਦੀ ਹੈ ਕਿ ਅਲੀ ਕੌਣ ਸੀ। ਬੁਲੰਦ ਆਵਾਜ਼ ਦੇ ਨਾਲ ਸਲਵਾਤ ਪੜੋ ਸਾਰੇ। ਥੋੜ੍ਹਾ ਜਿਹਾ ਸਾਡੇ ਮਹਿਮਾਨ ਜ਼ਾਕਰ ਨੇ ਔਰ ਕਾਫੀ ਸਾਰਿਆਂ ਬੰਦਿਆਂ ਨੇ ਅੱਗੇ ਮੈਨੂੰ ਇਹ ਪੁੱਛਿਆ ਕਿ ਉਹਨਾਂ ਨੇ ਕਿਹੜੇ ਵੇਲੇ ਪੜ੍ਹਨਾ, ਇਹ ਹਾਲ ਹੈ। ਅਤੇ ਇਸ ਵਾਸਤੇ ਇਹਨਾਂ ਦੀ ਪੇਸ਼ਖਾਨੀ ਵਾਸਤੇ ਥੋੜ੍ਹਾ ਜਿਹਾ ਮਾਹੌਲ ਜ਼ਰਾ, ਇਹ ਨਕੀਬੇ ਮੈਂਬਰ ਦਾ ਕੰਮ ਹੀ ਆਉਂਦਾ। ਦੂਪ ਕਰ ਰੂਪ ਮਹਿਬੂਬ ਕਰ, ਹੁਣ ਤਵੱਜੋ ਫਰਮਾਣੀ ਜੇ ਆਏ ਨੇੜੇ ਆਏ ਹੁਣ ਤਵੱਜੋ ਫਰਮਾਣੀ। ਦੂਪ ਕਰ ਰੂਪ ਮਹਿਬੂਬ ਕਰ, ਤੇਰੀ ਚਾਹਤ ਕੀ ਠੰਡੀ ਹਵਾ ਸਾਥ ਹੋ। ਬਾਦਸ਼ਾਹ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਨ। ਪਾਕ ਅਲੀ ਬਾਦਸ਼ਾਹ ਆਪਣੇ ਰਾਹਬਾਰ ਨੂੰ ਕਹਿ ਰਹੇ ਨੇ ਜੰਗੇ ਖੈਬਰ ਤੇ ਜਾਣ ਤੋਂ ਪਹਿਲਾਂ ਕਿ ਪਰੇਸ਼ਾਨ ਨਹੀਂ ਹੋਣਾ, ਨਬੀ ਦਾ ਬੁਲਾਵਾ ਆ ਗਿਆ, ਮੈਂ ਵੀ ਜਾ ਰਿਹਾ ਤੂੰ ਵੀ ਜਾ ਰਿਹਾ, ਪਰੇਸ਼ਾਨ ਨਹੀਂ ਹੋਣਾ, ਮੈਂ ਮੰਨਣਾ ਕਿ ਸਫ਼ਰ ਬਹੁਤ ਲੰਬਾ ਹੈ। ਦੂਪ ਕਰ ਰੂਪ ਮਹਿਬੂਬ ਕਰ, ਤੇਰੀ ਚਾਹਤ ਕੀ ਠੰਡੀ ਹਵਾ ਸਾਥ ਹੋ। ਉਸਕੋ ਕਿਆ ਫਿਕਰ ਹੈ ਰਾਸਤੋ ਕੀ ਬਲਾ, ਜਿਸ ਕੀ ਧੜਕਣ ਮੇਂ ਸ਼ੇਰੇ ਖੁਦਾ ਸਾਥ ਹੋ। ਆਹਾ ਦੂਪ ਕਾ ਰੂਪ ਮਹਿਬੂਬ ਕਰ, ਤੇਰੀ ਚਾਹਤ ਕੀ ਠੰਡੀ ਕਿਬਲਾ, ਤੇਰੀ ਚਾਹਤ ਕੀ ਠੰਡੀ ਹਵਾ ਸਾਥ ਹੋ। ਉਸਕੋ ਕਿਆ ਫਿਕਰ ਹੈ ਰਾਸਤੋ ਕੀ ਬਲਾ, ਜਿਸ ਕੀ ਧੜਕਣ ਮੇਂ ਸ਼ੇਰੇ